ਸੋ ਦੋਸਤੋ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ 'ਤੇ ਸਵਾਗਤ ਹੈ ਅਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਅੱਜ ਦੀ ਬਹੁਤ ਅਹਿਮ ਖਬਰ ਲੈ ਕੇ। ਬੜਾ ਅਜੀਬੋ ਗਰੀਬ ਕੇਸ ਦੋ ਦਿਨ ਪਹਿਲਾਂ ਆਨਰੇਬਲ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਿਆ ਗਿਆ, ਜਿੱਥੇ ਖਰੜ ਦੇ ਨੇੜੇ ਪੈਂਦੇ ਮੋਹਾਲੀ ਦੇ ਤਕਰੀਬਨ ਸਭ ਤੋਂ ਵੱਡੇ ਪ੍ਰੋਜੈਕਟ ਸਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ, ਜੋ ਪਿਛਲੇ 2 ਸਾਲਾਂ ਤੋਂ ਭਗੌੜਾ ਕਰਾਰ ਚੱਲ ਰਿਹਾ ਸੀ ਔਰ ਪੁਲਿਸ ਦੇ ਹੱਥ ਨਹੀਂ ਸੀ ਆ ਰਿਹਾ, 28 ਤਰੀਕ ਨੂੰ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਜੀ ਨੂੰ ਹਾਈ ਕੋਰਟ 'ਚ ਪੇਸ਼ ਹੋਣਾ ਪਿਆ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਸੀ, ਰੋਪੜ ਰੇਂਜ ਦੀ DIG ਨਿਲਾਂਬਰੀ ਜਗਦਾਲੇ ਔਰ ਮੋਹਾਲੀ ਦੇ ਨਵੇਂ ਨਵੇਂ ਨਿਯੁਕਤ ਹੋਏ SSP ਦੀਪਕ ਪਾਰੀਕ, ਉਹ ਵੀ ਆਨਰੇਬਲ ਹਾਈ ਕੋਰਟ ਦੇ ਉਸ ਕਮਰੇ ਵਿੱਚ ਹਾਜ਼ਰ ਸੀ ਜਿੱਥੇ ਜਰਨੈਲ ਸਿੰਘ ਬਾਜਵਾ ਨੂੰ ਲੈ ਕੇ ਸਨੀ ਐਨਕਲੇਵ ਦੇ ਪ੍ਰਮੋਟਰ ਔਰ ਬਿਲਡਰ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ। ਦੋਸਤੋ, ਮੈਂ ਅੱਜ ਸਵੇਰੇ ਇੱਕ ਝਾੜ ਕਢਾ ਕੇ ਆਇਆ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੇਰਾ ਦੰਦਾਂ ਦਾ ਇਲਾਜ ਚੱਲ ਰਿਹਾ, ਉਹ ਬੜੀ ਤਕਲੀਫ ਦੇ ਆ, ਜ਼ਿਆਦਾ ਬੋਲਿਆ ਨਹੀਂ ਜਾਂਦਾ, ਉਹ ਰੂੰ ਦਾ ਫਾਬਾ ਜਿਹਾ ਵੀ ਰੱਖਿਆ ਹੋਇਆ, ਕੁਝ ਖਾਣ ਪੀਣ ਦੀ ਵੀ ਬੰਦਿਸ਼ ਆ, ਇਸ ਕਰਕੇ ਕਿਉਂਕਿ ਹਾਈ ਕੋਰਟ ਦਾ ਮਾਮਲਾ ਸੀ, ਕੋਰਟ ਕੇਸ ਸੀ, ਇਸ ਕਰਕੇ ਮੈਂ ਆਪਣੇ ਸਹਿਯੋਗੀ ਐਡਵੋਕੇਟ ਤੀਰਥ ਸਿੰਘ ਗਿੱਲ ਹੋਣਾ ਨੂੰ ਰਿਕੁਐਸਟ ਕੀਤੀ ਕਿ ਮੇਰੇ ਤੋਂ ਇੰਨਾ ਲੰਮਾ ਸਮਾਂ ਬੋਲਿਆ ਨਹੀਂ ਜਾਣਾ, ਤੁਸੀਂ ਇਹਦੀ ਰਿਪੋਰਟ ਬਣਾ ਕੇ ਭੇਜ ਦਿਓ, ਪੂਰੀ ਜੱਜਮੈਂਟ ਮਟੀਰੀਅਲ ਮੈਂ ਉਹਨਾਂ ਨੂੰ ਭੇਜਿਆ, ਉਹਨਾਂ ਨੇ ਮੇਰੇ ਬਿਹਾਫ 'ਤੇ ਰਿਪੋਰਟ ਬਣਾ ਕੇ ਭੇਜੀ, ਉਹ ਜ਼ਰੂਰ ਸੁਣਿਓ, ਇਹ ਸਮਝ ਕੇ ਤੇ ਮੈਂ ਹੀ ਬੋਲ ਰਿਹਾ, ਬਹੁਤ ਡਿਟੇਲ ਵਧੀਆ ਦਿੱਤੀ ਹੈ, ਮੈਂ ਖਾਲੀ ਉਹਦੀ ਭੂਮਿਕਾ ਤੁਹਾਨੂੰ ਦੱਸ ਦਿੰਦਾ, ਬਾਕੀ ਉਹ ਸੁਣਿਓ, ਕੱਲ੍ਹ ਤੱਕ ਠੀਕ ਹੋ ਗਏ ਤਾਂ ਫਿਰ ਮੈਂ ਆਪ ਤੁਹਾਡੇ ਸਾਹਮਣੇ ਮੁਖਾਤਬ ਹੋਊਂਗਾ। 2 ਸਾਲ ਤੋਂ ਭਗੌੜਾ ਚੱਲ ਰਿਹਾ ਬੰਦਾ, ਪੁਲਿਸ ਨੇ ਕਿਹਾ ਕਿ ਲੱਭਦਾ ਨਹੀਂ, ਹਾਈ ਕੋਰਟ ਨੂੰ DGP ਨੂੰ ਸੰਮਣ ਕਰਨਾ ਪਿਆ ਔਰ ਉਹਨਾਂ ਨੇ ਆਪਣਾ DGP ਨੇ ਬਿਆਨ ਪੜਿਆ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ, ਬੰਦਾ ਮਿਲਦਾ ਨਹੀਂ, ਔਰ ਉਹਨਾਂ ਨੇ ਯਕੀਨ ਦਵਾਇਆ ਕਿ ਬਹੁਤ ਜਲਦੀ ਅਸੀਂ ਇਹਨੂੰ ਲੱਭ ਲਾਂਗੇ, ਫੜ ਲਾਂਗੇ, ਕਈ ਦਿੱਕਤਾਂ ਆ ਰਹੀਆਂ। ਪਰ ਇਹਨੇ ਹਾਈ ਕੋਰਟ 'ਚ ਬੜਾ ਅਜੀਬ ਕਿੱਸਾ ਹੋ ਗਿਆ, ਹਾਈ ਕੋਰਟ ਦੇ ਸੈਕਟਰੀ ਨੇ ਅਚਾਨਕ ਆਪਣੀ ਜਿਹੜੀ ਵੀਡੀਓ ਕਾਨਫਰੰਸਿੰਗ ਦੀ ਪੋਰਟਲ ਹੁੰਦੀ ਉਹ 'ਤੇ ਨਿਗਾਹ ਮਾਰੀ ਅਤੇ ਉਹਦੇ 'ਚ ਇੱਕ ਬੰਦਾ ਉਹਨਾਂ ਨੂੰ ਬੈਠਾ ਨਜ਼ਰ ਆਇਆ, ਜਿਹੜਾ ਉਹਨਾਂ ਨੇ ਪਛਾਣ ਲਿਆ ਕਿ ਇਹ ਤਾਂ ਉਹੀ ਬੰਦਾ ਜਿਹਦੇ 'ਤੇ ਕਾਰਵਾਈ ਹੋ ਰਹੀ ਆ, ਜਿਹਦੇ 'ਤੇ ਸੁਣਵਾਈ ਹੋ ਰਹੀ ਹੈ, 2 ਸਾਲ ਤੋਂ ਵਾਂਟਡ ਆ, ਇਹ ਸਾਡੀ ਪੋਰਟਲ 'ਤੇ ਬੈਠਾ ਕੀ ਕਰ ਰਿਹਾ, ਦੇਖੋ ਕਿੰਨੀ ਹੈਰਾਨੀ ਦੀ ਗੱਲ ਆ, ਉਹ ਬੰਦਾ ਜਿਹਨੂੰ 2 ਸਾਲ ਤੋਂ ਪੁਲਿਸ ਲੱਭ ਰਹੀ ਆ, ਉਹ ਆਪਣੇ ਘਰ ਜਾ ਕਿਤੇ ਖੂੰਜੇ 'ਚ ਬੈਠਾ ਹਾਈ ਕੋਰਟ ਦੀ ਪੂਰੀ ਪ੍ਰੋਸੀਡਿੰਗ ਦੇਖ ਰਿਹਾ, ਸੁਣ ਰਿਹਾ, ਆਪਣੇ ਅੱਡੇ 'ਤੇ ਬੈਠਾ, ਉਹਨੇ ਇਮੀਡੀਏਟਲੀ ਇਹ ਮੈਟਰ ਜੱਜ ਸਾਹਿਬ ਨੂੰ ਦੱਸਿਆ, ਜੱਜ ਸਾਹਿਬ ਨੇ ਕਿਹਾ ਮੈਂ ਇਹਨੂੰ ਲਾਈਨ 'ਤੇ ਲਓ, ਇਹਦੇ ਨਾਲ ਗੱਲ ਕਰਨੀ ਚਾਹੁੰਦੇ ਹਾਂ, ਔਰ ਇਹ ਜਰਨੈਲ ਸਿੰਘ ਬਾਜਵਾ ਲਾਈਨ 'ਤੇ ਆ ਗਿਆ, ਆਹ ਵੀਡੀਓ ਕਾਨਫਰੰਸਿੰਗ ਦੇ ਥਰੂ ਜੱਜ ਸਾਹਿਬ ਉਹਨੂੰ ਫਟਕਾਰ ਲਾਉਂਦੇ ਆ ਕਿ ਤੈਨੂੰ ਅਦਾਲਤ 'ਚ ਹਾਜ਼ਰ ਹੋਣਾ ਚਾਹੀਦਾ ਸੀ, ਤੂੰ ਆਪਣੇ ਜਿੱਥੇ ਵੀ ਬੈਠਾ ਉੱਥੇ ਬੈਠ ਕੇ ਕਾਰਵਾਈ ਦੇਖ ਰਿਹਾ, ਪਰ ਆ ਕਾਨੂੰਨ ਦੀ ਤੈਨੂੰ ਕੋਈ ਪਰਵਾਹ ਨਹੀਂ, ਤੂੰ ਕਾਨੂੰਨ ਦਾ ਮਾਹੌਲ ਸਮਝ ਰੱਖਿਆ, ਔਰ ਤੂੰ 30 ਤਰੀਕ ਨੂੰ, ਮਤਲਬ ਅੱਜ, ਇਹ 28 ਤਰੀਕ ਦੀ ਗੱਲ ਹੈ, ਕਿ 2 ਦਿਨ ਦੇ ਅੰਦਰ ਅੰਦਰ ਤੂੰ ਆਪਣਾ ਪੂਰਾ ਰਿਕਾਰਡ ਲੈ ਕੇ ਕੋਰਟ 'ਚ ਹਾਜ਼ਰ ਹੋ,
ਔਰ ਜਦੋਂ ਇਹ ਗੱਲ ਡੀ ਜੀ ਪੀ ਯਾਦਵ ਨੂੰ ਦੱਸੀ ਗਈ ਕਿ ਉਹ ਬੰਦਾ ਜਿਹਨੂੰ ਤੁਸੀਂ ਲੱਭ ਰਹੇ ਹੋ, ਕਹਿੰਦੇ ਹੋ ਤੁਹਾਨੂੰ ਲੱਭ ਨਹੀਂ ਰਿਹਾ, ਉਹ ਤਾਂ ਹਾਜ਼ਰ ਹੈ, ਉਹ ਤਾਂ ਕੋਰਟ ਦੀ ਪ੍ਰੋਸੀਡਿੰਗ ਦੇਖ ਰਿਹਾ ਵੀਡੀਓ ਕਾਨਫਰੈਂਸਿੰਗ 'ਤੇ। ਯਾਦਵ ਸਾਹਿਬ ਦੀ ਬੜੀ ਐਂਬੈਰਸਮੈਂਟ ਹੋਈ, ਔਰ ਇਹ ਪਹਿਲਾ ਮੌਕਾ ਨਹੀਂ ਹੈ ਦੋਸਤੋ। ਬੜੀ ਵਾਰੀ ਪੰਜਾਬ ਪੁਲਿਸ ਦੇ ਥੱਲੇ ਦੇ ਅਫਸਰਾਂ ਨੇ ਇਸ ਵਿਚਾਰੇ ਸ਼ਰੀਫ ਅਤੇ ਡੀ ਜੇ ਪੀ ਦੀ ਬੜੀ ਵਾਰੀ ਕਿਰਕਰੀ ਕਰਾਈ ਹੈ। ਛੋਟੇ ਛੋਟੇ ਕੇਸਾਂ ਜਿੱਥੇ ਗਲਤੀਆਂ ਜੂਨੀਅਰ ਦੀਆਂ ਹੁੰਦੀਆਂ, ਕਟਹਿਰੇ 'ਚ ਖੜ੍ਹਾ ਹੋਣਾ ਪੈ ਜਾਂਦਾ ਡੀ ਜੀ ਪੀ ਗੌਰਵ ਯਾਦਵ ਨੂੰ। ਔਰ ਉਹ ਵਿਚਾਰਿਆਂ ਨੇ ਬੜੀ ਸ਼ਰਮਸ਼ਾਰ ਹੋ ਕੇ ਕਿਹਾ ਕਿ ਸਰ ਮੈਂ ਬਹੁਤ ਸ਼ਰਮਿੰਦਾ ਕਿ ਸਾਡੀ ਜਿਹੜੀ ਇਨਵੈਸਟੀਗੇਟਿਵ ਏਜੰਸੀ ਆ, ਸਾਡੇ ਜਿਹੜੇ ਫੋਰਸਿਸ ਨੇ, ਮਸ਼ੀਨਰੀ ਆ, ਉਹਦੀ ਕਿਤੇ ਨਾ ਕਿਤੇ ਕੁਤਾਹੀ ਹੈ, ਕਮਜ਼ੋਰੀ ਹੈ, ਕਮੀਆਂ ਨੇ, ਅਸੀਂ ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਔਰ ਅਗਲੀ ਤਰੀਕ 'ਤੇ ਪੂਰਾ ਡਿਟੇਲ ਜਿਹੜੀ ਆ ਉਹ ਅਦਾਲਤ ਨੂੰ ਜ਼ਰੂਰ ਦਿਆਂਗੇ। ਖੈਰ ਇਹ ਸਾਰਾ ਬਿਰਤਾਂਤ ਤੁਹਾਨੂੰ ਸੁਣਾਉਣਗੇ ਸਾਡੇ ਸਹਿਯੋਗੀ ਤੀਰਥ ਸਿੰਘ ਗਰੇਵਾਲ, ਸੀਨੀਅਰ ਐਡਵੋਕੇਟ ਨੇ, ਕਾਨੂੰਨ ਦੀ ਸਮਝ ਰੱਖਦੇ ਆ ਔਰ ਬੜੇ ਤਰੀਕੇ ਨਾਲ ਸਾਰੀ ਗੱਲ ਸਮਝਾਉਂਦੇ ਆ। ਸੋ ਦੋਸਤੋ, ਤੁਸੀਂ ਆਪੇ ਅੰਦਾਜ਼ਾ ਲਗਾ ਲਓ ਕਿ ਜਿਹੜੀ ਪੁਲਿਸ ਨੂੰ ਇੱਕ ਬੰਦਾ 2 ਸਾਲ ਤੋਂ ਨਹੀਂ ਸੀ ਲੱਭ ਰਿਹਾ, ਮੋਹਾਲੀ ਪੁਲਿਸ ਨੂੰ ਹਾਈਕੋਰਟ ਦੀ ਫਟਕਾਰ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਉਹ ਬੰਦਾ ਲੱਭ ਗਿਆ। ਕੱਲ੍ਹ ਦਿਨੇ ਉਹਨੂੰ ਅਰੈਸਟ ਵੀ ਕਰ ਲਿਆ ਗਿਆ, ਉਹਦੀ ਅਰੈਸਟ ਪਾਈ ਗਈ, ਸੋਹਾਣਾ ਪੁਲਿਸ ਸਟੇਸ਼ਨ ਨੇ ਉਹਨੂੰ ਫੜਿਆ। ਉਸ ਤੋਂ ਬਾਅਦ ਉਹਨੂੰ CIA ਜਾਂ ਸਿਟੀ ਪੁਲਿਸ ਸਟੇਸ਼ਨ ਖਰੜ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਬਹੁਤ ਸਾਰੀਆਂ FIR ਉਹਦੇ ਖਿਲਾਫ਼ ਰਜਿਸਟਰਡ ਨੇ। ਟੋਟਲ 53 FIR ਨੇ, ਜਿਨ੍ਹਾਂ 'ਚੋਂ 39 ਦੀ ਇਨਕੁਆਇਰੀ ਅਜੇ ਚਾਲੂ ਆ। ਬੜੀ ਹੈਰਾਨੀ ਦੀ ਗੱਲ ਹੈ ਕਿ 5-6 ਸਾਲਾਂ ਤੋਂ ਇਨਕੁਆਇਰੀਆਂ ਚੱਲ ਰਹੀਆਂ, ਅਜੇ ਤੱਕ ਕੇਸ ਕਿਸੇ ਨਤੀਜੇ 'ਤੇ ਨਹੀਂ ਪਹੁੰਚੇ। ਇਹ ਬੜੀ ਸ਼ਰਮ ਦੀ ਗੱਲ ਹੈ ਪੁਲਿਸ ਲਈ, ਪ੍ਰੋਸੀਕਿਊਸ਼ਨ ਲਈ, ਇਨਵੈਸਟੀਗੇਸ਼ਨ ਲਈ। ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ। ਅਤੇ ਅੱਜ ਉਸ ਬੰਦੇ ਨੂੰ ਮਾਨਯੋਗ ਹਾਈਕੋਰਟ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਹਨੂੰ ਫਿਰ ਵਾਪਸ ਖਰੜ ਸਿਟੀ ਥਾਣੇ 'ਚ ਉਹਨੂੰ ਰੱਖ ਦਿੱਤਾ ਗਿਆ। ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ, ਕਿਵੇਂ ਮਾਮਲਾ ਅੱਗੇ ਵੱਧਦਾ, ਉਹ ਤੁਹਾਡੇ ਨਾਲ ਡਿਟੇਲ ਫਿਰ ਸਾਂਝੀ ਕਰਾਂਗੇ। ਹੁਣ ਤੁਸੀਂ ਸੁਣੋ ਸਾਡੇ ਸਹਿਯੋਗੀ ਐਡਵੋਕੇਟ ਤੀਰਥ ਸਿੰਘ ਗਰੇਵਾਲ ਦੀ ਪੂਰੀ ਰਿਪੋਰਟ। ਸਤਿ ਸ਼੍ਰੀ ਅਕਾਲ ਪਰਮਾਰ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਅੱਜ ਇੱਕ ਬਹੁਤ ਹੀ ਇੰਟਰਸਟਿੰਗ ਕੇਸ ਜਿਹੜਾ ਵਾ, ਜਿਹਦੀ ਕੱਲ੍ਹ ਹੇਅਰਿੰਗ ਸੀਗੀ, ਕੁਲਦੀਪ ਮਿੱਤਲ ਵਰਸਿਸ ਸਟੇਟ ਆਫ ਪੰਜਾਬ ਅਨਦਰ। ਇੱਕ ਕੇਸ ਹੈਗਾ, ਇਹਦੇ ਅੰਦਰ ਇੱਕ ਜਰਨੈਲ ਸਿੰਘ ਬਾਜਵਾ ਵਾ, ਜਿਹੜਾ ਇੱਕ ਪ੍ਰੋਪਰਟੀ ਡਿਵੈਲਪਰ ਹੈਗਾ ਵਾ, ਜਿਹਨੇ ਸਰੀ ਇਨਕਲੇਵ ਨਾਮ ਦੀ ਕਾਲੋਨੀ ਕੱਟੀ ਆ। ਜਦੋਂ ਆਪਾਂ ਚੰਡੀਗੜ੍ਹ ਨੂੰ ਜਾਂਦੇ ਹਾਂ, ਬਹੁਤ ਵੱਡੀ ਕਾਲੋਨੀ ਆ, ਇਨਫੈਕਟ 5-6 ਸੈਕਟਰ ਇਹਦੇ ਬਣ ਚੁੱਕੇ ਆ। ਹੁਣ ਇੰਟਰਸਟਿੰਗਲੀ ਕੀ ਹੋਇਆ ਵਾ ਕਿ ਉਸ ਬੰਦੇ ਨੇ ਪੰਜਾਬ ਦੇ DGP ਨੂੰ ਭਰੀ ਅਦਾਲਤ ਦੇ ਵਿੱਚ ਐਮਬੈਰਸ ਹੋਣ ਵਾਸਤੇ ਮਜਬੂਰ ਕਰ ਦਿੱਤਾ। ਹੁਣ ਪ੍ਰੋਬਲਮ ਕੀ ਆ, ਪ੍ਰੋਬਲਮ ਇਹ ਹੈਗੀ ਆ ਕਿ ਉਹ ਜਰਨੈਲ ਸਿੰਘ ਬਾਜਵਾ ਜਿਹੜਾ ਡਿਵੈਲਪਰ ਆ, ਉਹਦੇ ਉੱਤੇ ਅੱਜ ਪੇਸ਼ ਹੋਣ ਨੂੰ ਕੋਰਟ ਦੇ ਵੱਲੋਂ ਬੇਲੇਬਲ ਆਰਡਰ ਦਿੱਤੇ ਗਏ ਸੀ। ਇਨਫੈਕਟ 3-4 ਤਰੀਕਾਂ ਦੇ ਦਿੱਤੇ ਗਏ ਸੀ। ਜੋ ਕੋਰਟ ਦੇ ਵਿੱਚ ਹੋਇਆ, ਜੋ ਮਾਨਯੋਗ ਕੋਰਟ ਨੇ ਆਪਣੇ ਪੰਜਾਬੀ ਹਰਿਆਣਾ ਹਾਈ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਜਿਹੜੀ ਚੀਜ਼ਾਂ ਮੈਨਸ਼ਨ ਕੀਤੀਆਂ, ਉਹ ਹੁਣ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ। ਮਾਨਯੋਗ ਕੋਰਟ ਨੇ ਕਿਹਾ ਕਿ ਮਿਸਟਰ ਗੌਰਵ ਯਾਦਵ, ਜੋ ਕਿ DGP ਪੰਜਾਬ ਨੇ, ਉਹਨਾਂ ਨੂੰ ਆਰਡਰ ਕੀਤਾ ਗਿਆ ਸੀ 27-8 ਨੂੰ
ਕਿ ਉਹ ਕੋਰਟ ਦੇ ਵਿੱਚ ਖੁਦ ਆਉਣਗੇ ਅਤੇ ਸਟੇਟਸ ਰਿਪੋਰਟ ਫਾਈਲ ਕਰਨਗੇ, ਜਿਹੜੀ ਉਹਨਾਂ ਨੇ ਕੀਤੀ। ਉਹਨਾਂ ਨੇ ਜਦੋਂ ਸਟੇਟਸ ਫਾਈਲ ਕੀਤੀ ਆਪਣੀ ਰਿਪੋਰਟ, ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਜਰਨੈਲ ਸਿੰਘ ਬਾਜਵਾ ਵਾ ਇਹਦੇ ਖਿਲਾਫ 53 FIRs ਜਿਹੜੀ ਹੈਗੀਆਂ ਨੇ ਉਹ ਸਟੇਟ ਆਫ ਪੰਜਾਬ ਦੇ ਵਿੱਚ ਦਰਜ ਹੈਗੀਆਂ ਨੇ। ਇਸ ਤੋਂ ਬਾਅਦ ਜਦੋਂ ਕੋਰਟ ਨੇ ਇਸ ਗੱਲ ਦਾ ਸੰਗਿਆਨ ਲਿੱਤਾ ਤਾਂ ਕਹਿੰਦੇ ਕਿ 53 FIRs ਦੇ ਵਿੱਚੋਂ 39 ਕੇਸਿਸ ਦੇ ਹਜੇ ਇਨਵੈਸਟੀਗੇਸ਼ਨ ਪੈਂਡਿੰਗ ਆ, ਮਤਲਬ ਉਹ FIRs ਹਜੇ ਥਾਣਿਆਂ 'ਚ ਹੀ ਤੁਰੀਆਂ ਫਿਰਦੀਆਂ ਨੇ, ਜਦੋਂ ਕਿ ਜ਼ਿਆਦਾਤਰ ਕੇਸਿਸ ਦੇ ਵਿੱਚ 5 ਸਾਲ ਤੋਂ ਉੱਤੇ ਹੋ ਚੁੱਕੇ ਆ ਸਿਰਫ ਦੀ ਰਜਿਸਟ੍ਰੇਸ਼ਨ ਆਫ FIR, ਮਤਲਬ 24 ਚੱਲ ਰਿਹਾ ਵਾ, 2019 2018 ਉਹ ਹਜੇ ਤੱਕ ਬਹੁਤ FIRs 19 ਸਾਲ ਤੋਂ ਪੈਂਡਿੰਗ ਨੇ। ਇਹ ਸਟੇਜ 'ਤੇ ਮਿਸਟਰ ਹੁੰਡਲ ਨੇ ਜਿਹੜੇ ਸੀਨੀਅਰ ਕਾਉਂਸਲ ਨੇ ਜਿਹੜੇ ਮਿਸਟਰ ਬਾਜਵਾ ਦੇ ਕਾਉਂਸਲ ਨੇ ਕੋਰਟ ਦੇ ਵਿੱਚ, ਉਹਨਾਂ ਨੇ ਕਿਹਾ ਕਿ ਉਹ ਆਪਣੀ ਕੁਛ ਗੱਲ ਕਹਿਣਾ ਚਾਹੁੰਦੇ ਸੀ, ਲੇਕਿਨ ਆਨਰੇਬਲ ਕੋਰਟ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਉਨੀ ਦੇਰ ਤੱਕ ਨਹੀਂ ਸੁਣਨੀ ਜਿੰਨੀ ਦੇਰ ਤੱਕ ਜਰਨੈਲ ਸਿੰਘ ਬਾਜਵਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿੱਥੇ ਨੇ ਮਿਸਟਰ ਬਾਜਵਾ, ਤਾਂ ਹੁੰਡਲ ਸਾਹਿਬ ਨੇ ਕਿਹਾ ਕਿ ਉਹ ਅੱਜ ਵੀ ਇਸ ਕਰਕੇ ਨਹੀਂ ਆਏ ਕਿਉਂਕਿ ਉਹਨਾਂ ਨੂੰ ਇੱਕ 20/8/2024 ਦਾ ਆਨਰੇਬਲ ਸੁਪਰੀਮ ਕੋਰਟ ਤੋਂ ਆਰਡਰ ਹੋਇਆ ਵਾ ਜਿਹਦੇ ਵਿੱਚ ਉਹਨਾਂ ਦੀ ਅਰੈਸਟ ਨੂੰ ਸਟੇ ਕੀਤਾ ਗਿਆ ਵਾ, ਅਤੇ ਉਹ ਕਹਿੰਦੇ ਕਿ ਉਹਨਾਂ ਨੂੰ ਖੁਦ ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਉਹਨਾਂ ਦੇ ਵਕੀਲ ਕਿਤੇ ਵੀ ਜਾ ਸਕਦੇ ਹਨ। ਅਤੇ ਮਿਸਟਰ ਹੁੰਡਲ ਨੇ ਇਹ ਵੀ ਕਿਹਾ ਕਿ ਜਿਹੜੇ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਪੀਅਰ ਕਰਨ ਨੂੰ ਕਿਹਾ ਸੀ ਜਰਨੈਲ ਸਿੰਘ ਬਾਜਵਾ ਨੂੰ, ਉਹ ਇਸ ਕਰਕੇ ਨਹੀਂ ਆ ਸਕਿਆ ਕਿਉਂਕਿ ਬੜੇ ਕੇਸਾਂ ਦੇ ਵਿੱਚ ਜਿਹੜੇ ਬਾਇਰਸ ਨੇ, ਖਰੀਦਦਾਰ ਨੇ ਪ੍ਰੋਪਰਟੀ ਦੇ, ਉਹਨਾਂ ਨਾਲ ਟਰਮਸ ਐਂਡ ਕੰਡੀਸ਼ਨਸ ਆਫ ਦੀ ਐਗਰੀਮੈਂਟ ਪੂਰੇ ਨਹੀਂ ਹੋਏ ਅਤੇ ਮਿਸਟਰ ਬਾਜਵਾ ਜਿਹੜੇ ਹੈਗੇ ਉਹਨਾਂ ਨਾਲ ਕੰਪਰੋਮਾਈਜ਼ ਕਰ ਰਹੇ ਨੇ ਅਤੇ ਉਹ ਉਹਨਾਂ ਵਾਸਤੇ ਪੈਸੇ ਇਕੱਠੇ ਕਰ ਰਹੇ ਨੇ ਤਾਂ ਕਿ ਉਹ ਪੈਸੇ ਦੇ ਕੇ ਉਹਨਾਂ ਦੇ ਜਿਹੜਾ ਉਹਨਾਂ 'ਤੇ ਇਲਜ਼ਾਮ ਲੱਗਿਆ। ਬੇਸਿਕਲੀ ਜਰਨੈਲ ਸਿੰਘ ਬਾਜਵਾ 'ਤੇ ਇਲਜ਼ਾਮ ਇਹ ਲੱਗਦਾ ਕਿ ਉਹ ਪ੍ਰੋਪਰਟੀ, ਇੱਕ ਜਿਹੜੀ ਪ੍ਰੋਪਰਟੀ ਉਹ 3-3, 4-4 ਥਾਈਂ ਉਹਨੂੰ ਸੇਲ ਕਰ ਦਿੰਦਾ ਵਾ, ਜਿਹਦੇ ਕਰਕੇ ਬਹੁਤ ਪ੍ਰੋਪਰਟੀ ਡਿਸਪਿਊਟ ਹੁੰਦੇ ਆ, ਜਿਹਦੇ ਕਰਕੇ ਆਹ ਸਾਰੀ FIRs ਉਹਦੇ ਉੱਤੇ ਹੋ ਰਹੀਆਂ ਨੇ, 406, 120 ਅਤੇ 420 ਬ੍ਰੀਚ ਆਫ ਟਰੱਸਟ ਵਗੈਰਾ ਜਿਹਨੂੰ ਕਹਿੰਦੇ ਆ ਕਿ ਕਿਹਾ ਕੁਛ ਅਤੇ ਕਰਦਾ ਕੁਛ ਹੋਰ ਆ। ਲੇਕਿਨ ਆਨਰੇਬਲ ਕੋਰਟ ਨੇ ਕਿਹਾ ਕਿ ਇਹ ਤਾਂ ਕੋਈ ਮਤਲਬ ਨਹੀਂ ਹੈਗਾ ਕਿ ਕੋਰਟ ਬੁਲਾ ਰਿਹਾ, ਉਹ ਕਹਿੰਦਾ ਜੀ ਮੈਂ ਪੈਸੇ ਅਰੇਂਜ ਕਰ ਰਿਹਾ, ਇਹਦਾ ਮਤਲਬ ਕਿ ਉਹ ਕੋਰਟ ਦੇ ਆਰਡਰ ਦਾ ਮਿਸਯੂਜ਼ ਕਰ ਰਿਹਾ ਵਾ। ਫਿਰ ਉਹਨਾਂ ਨੇ ਕਿਹਾ ਕਿ ਜਦੋਂ ਪਹਿਲੀ ਵਾਰ 2/8/2024 ਨੂੰ ਜਰਨੈਲ ਸਿੰਘ ਬਾਜਵਾ ਨੂੰ ਆਉਣ ਨੂੰ ਕਿਹਾ ਸੀ ਉਹ ਆਪ ਅਪੀਅਰ ਨਹੀਂ ਹੋਇਆ, ਫਿਰ 5/8 ਨੂੰ ਨਹੀਂ ਹੋਇਆ, ਫਿਰ 13/8 ਨੂੰ ਨਹੀਂ ਹੋਇਆ, ਫਿਰ 22/8 ਨੂੰ ਨਹੀਂ ਹੋਇਆ, 27/8 ਨੂੰ ਵੀ ਨਹੀਂ ਹੋਇਆ ਅਤੇ 28/8 ਨੂੰ ਵੀ ਨਹੀਂ ਹੋਇਆ। ਤਾਂ ਹੀ ਆਨਰੇਬਲ ਕੋਰਟ ਨੇ ਸੀਨੀਅਰ ਕਾਉਂਸਲ ਮਿਸਟਰ ਹੁੰਡਲ ਦੀ ਗੱਲ ਸੁਣਨ ਤੋਂ ਇਨਕਾਰ ਕਰਤਾ ਕਿ ਤੁਸੀਂ ਸਾਡੀ ਗੱਲ ਤਾਂ ਸੁਣਦੇ ਨਹੀਂ ਆਨਰੇਬਲ ਕੋਰਟ ਦੀ, ਤਾਂ ਅਸੀਂ ਤੁਹਾਡੀ ਗੱਲ ਕਿਉਂ ਸੁਣੀ। ਇਹਦੇ ਵਿੱਚ ਜਦੋਂ ਆਨਰੇਬਲ ਕੋਰਟ ਨੇ ਆਨਰੇਬਲ ਸੁਪਰੀਮ ਕੋਰਟ ਦਾ ਆਰਡਰ ਪੜ੍ਹਿਆ, ਉਹਦੇ 'ਚ ਲਿਖਿਆ ਸੀਗਾ ਕਿ ਜੋ SLP ਸਾਡੇ ਉੱਥੇ ਲੱਗੀ ਆ ਸਪੈਸ਼ਲ ਲੀਵ ਪਟੀਸ਼ਨ, ਉਹਦੇ ਵਿੱਚ ਜਿਹੜੇ ਪਟੀਸ਼ਨਰ ਆ ਜਰਨੈਲ ਸਿੰਘ ਬਾਜਵਾ, ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਊਗਾ, ਪ੍ਰੋਵਾਈਡਡ ਉਹ ਇਨਵੈਸਟੀਗੇਟਿੰਗ ਏਜੰਸੀ ਨਾਲ ਕੋਆਪਰੇਟ ਕਰੇਂਗੇ। ਲੇਕਿਨ ਆਨਰੇਬਲ ਹਾਈ ਕੋਰਟ ਜਿਹੜਾ ਹੈਗਾ ਉਹਨਾਂ 'ਤੇ ਕੋਈ ਵੀ ਰੋਕ ਨਹੀਂ ਹੈਗੀ ਕਿ ਜਿਹੜੀ ਉਹਦੇ ਖਿਲਾਫ਼ ਕੇਸ ਚੱਲ ਰਹੇ ਨੇ ਉਹਨੂੰ ਕਿਵੇਂ ਹੈਂਡਲ ਕੀਤਾ ਜਾਵੇ। ਹੁਣ ਕਿਹੜਾ ਕੇਸ ਆ, ਕੀ ਆ, ਉਹ ਆਪਾਂ ਅੱਗੇ ਪੜ੍ਹਦੇ ਹਾਂ। ਮਿਸਟਰ ਹੁੰਡਲ ਨੇ ਫਿਰ ਇੱਕ ਗੱਲ ਕਹੀ ਕਿ ਜਰਨੈਲ ਸਿੰਘ ਬਾਜਵਾ ਦੇ ਖਿਲਾਫ਼ ਕੋਈ ਵੀ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਲਿੱਤਾ ਜਾ ਸਕਦਾ ਕਿਉਂਕਿ ਉਹ ਆਲਰੇਡੀ PO ਡਿਕਲੇਅਰ ਕੀਤੇ ਜਾ ਚੁੱਕੇ ਆ 2022 ਦੇ ਵਿੱਚ। PO ਮਤਲਬ ਪਕੌੜੇ ਡਿਕਲੇਅਰ ਕੀਤੇ ਜਾ ਚੁੱਕੇ ਆ, ਅਤੇ ਜਿਹੜੇ ਕੰਸਰਨਡ SHO ਆ ਉਹਨਾਂ ਨੂੰ ਉੱਧਰ ਦੇ JMI ਸੀ ਜਿਹੜੇ ਕੰਸਰਨਡ ਮੈਜਿਸਟ੍ਰੇਟ ਨੇ
ਉਹਨਾਂ ਨੇ ਆਰਡਰ ਕੀਤਾ ਵਾ ਕਿ 174A ਦਾ ਵੀ ਪਰਚਾ ਦਿਓ। 174A ਦਾ ਪਰਚਾ ਹੁੰਦਾ ਜਿਹੜਾ ਬੰਦਾ ਪਕੌੜਾ ਹੁੰਦਾ ਉਹਨੂੰ ਜੇ ਕੋਈ ਸ਼ੈਲਟਰ ਦੇਵੇ ਤਾਂ ਉਹਨੂੰ ਕੋਈ ਰੱਖੇ, ਉਹਦੇ ਵੀ ਆਰਡਰ ਹੋ ਚੁੱਕੇ ਆ। ਲੇਕਿਨ ਉਹ ਹੋ ਚੁੱਕੇ ਆ 22 ਦੇ, ਫਿਰ ਕੀ ਕਹਿੰਦੇ ਆ ਗੱਲ ਆ ਜਾਂਦੀ ਕਿ ਆਨਰੇਬਲ ਸੁਪਰੀਮ ਕੋਰਟ ਨੇ ਅਰੈਸਟ ਤੋਂ ਸਟੇਅ ਦਿੱਤੀ ਆ 20/8/2024 'ਚ। ਹੁਣ ਉਹ ਕੇਸ ਦੇ ਵਿੱਚ ਅਤੇ ਇਹ ਕੇਸ ਦੇ ਵਿੱਚ ਫਰਕ ਆ। ਫਿਰ ਕੀ ਕਹਿੰਦੇ ਆ ਕਿ ਜਿਹੜੀ ਸਟੇਟ ਆ, ਜਿਹੜੇ ਸਰਕਾਰੀ ਵਕੀਲ ਆ, ਉਹਨਾਂ ਨੇ ਵੀ ਇਹ ਗੱਲ ਮੰਨੀ ਆ ਕਿ ਹਜੇ ਤੱਕ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਵੀ, 8 ਦਿਨ ਬੀਤਣ ਤੋਂ ਬਾਅਦ ਵੀ, ਜਰਨੈਲ ਸਿੰਘ ਬਾਜਵਾ ਨੇ ਕਿਸੇ ਵੀ ਇਨਵੈਸਟੀਗੇਸ਼ਨ ਏਜੰਸੀ ਨੂੰ ਜੁਆਇਨ ਨਹੀਂ ਕੀਤਾ ਜਿੱਥੇ ਉਹਦੀ ਇਨਕੁਆਇਰੀ ਚੱਲ ਰਹੀ ਹੈ। ਫਿਰ ਇਹਦੇ ਵਿੱਚ ਮਿਸਟਰ ਗੌਰਵ ਯਾਦਵ ਜਿਹੜੇ DGP ਪੰਜਾਬ ਨੇ, ਫਿਰ ਜਿਹੜੇ ਕਾਉਂਸਲ ਹੈਗੇ ਨੇ ਆਪਣੇ ਮਿਸਟਰ ਹੁੰਡਲ ਆਪਣੇ ਜਰਨੈਲ ਸਿੰਘ ਬਾਜਵਾ ਜੀ ਦੇ, ਉਹ ਦੋਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਹੈਗਾ ਕਿ ਜਰਨੈਲ ਸਿੰਘ ਬਾਜਵਾ ਅੱਜ ਦੀ ਡੇਟ ਦੇ ਵਿੱਚ ਉਹ ਕਿੱਥੇ ਆ। ਅਤੇ ਆਨਰੇਬਲ ਕੋਰਟ ਨੇ 13/8 ਨੂੰ ਉਹਦੇ ਅਵੇਲੇਬਲ ਵਾਰੰਟ ਵੀ ਕੱਢੇ ਸੀ, ਲੇਕਿਨ ਹਜੇ ਤੱਕ ਉਹਦਾ ਨਾਂ ਪਤਾ ਹੋਣ ਕਰਕੇ ਉਹ ਕਿੱਥੇ ਉਹਦਾ ਪਤਾ ਨਹੀਂ ਚੱਲਿਆ। ਇਹਦੇ ਵਿੱਚ ਸਡਨਲੀ ਜੋ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਆ ਵਾ ਕਿ ਜਿਹੜੇ ਕੋਰਟ ਦੇ ਸੈਕਟਰੀ ਸੀਗੇ ਉਹਨਾਂ ਨੂੰ ਸ਼ੱਕ ਪਿਆ ਕਿ ਜਿਹੜਾ ਜਰਨੈਲ ਸਿੰਘ ਬਾਜਵਾ ਵਾ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਇਹ ਪੂਰਾ ਜਿਹੜੀ ਕੇਸ ਦੀ ਹੀਅਰਿੰਗ ਆ ਸੁਣ ਰਿਹਾ ਵਾ। ਇਸ ਗੱਲ ਨੂੰ ਜੱਜ ਸਾਹਿਬ ਨੂੰ ਦੱਸਿਆ ਗਿਆ, ਆਨਰੇਬਲ ਜੱਜ ਸਾਹਿਬ ਨੇ ਉਸੇ ਟਾਈਮ ਇੰਸਟਰਕਟ ਕੀਤਾ ਕਿ ਜੀ ਇਹਨੂੰ ਉਜਾਗਰ ਕਰੋ, ਦੇਖੋ ਕਿ ਇਹ ਬੈਠਾ ਵੀ ਹੈ ਕਿ ਨਹੀਂ। ਜਰਨੈਲ ਸਿੰਘ ਬਾਜਵਾ ਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ, ਸਡਨਲੀ ਉਹ ਕੋਰਟ ਦੀ ਸਕਰੀਨ 'ਤੇ ਆ ਗਿਆ, ਪਤਾ ਚੱਲ ਗਿਆ ਕਿ ਹਾਂ ਵੀ ਉੱਥੇ ਬੈਠਾ VC ਦੇਖ ਰਿਹਾ ਵਾ। ਹੁਣ ਵੀਡੀਓ ਕਾਨਫਰੰਸਿੰਗ ਦੇ ਵਿੱਚ ਨਾ ਸਟੇਟ ਨੂੰ ਕੋਈ ਆਈਡੀਆ ਸੀ, ਕਹਿੰਦੇ ਜੀ ਸਾਨੂੰ ਤਾਂ, ਅਸੀਂ ਤਾਂ ਬੇਲ ਆਰਡਰ ਜਿਹੜਾ ਸੀਗਾ ਇਹਦਾ ਨੋਨ ਅਵੇਲੇਬਲ ਵਾਰੰਟ ਉਹ ਅਸੀਂ ਦਿੱਤਾ ਨਹੀਂ, ਇਸ ਕਰਕੇ ਸਾਨੂੰ ਨਹੀਂ ਪਤਾ। ਜਿਹੜੇ ਉਹਦੇ ਆਪਣੇ ਵਕੀਲ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਵੀ ਸਾਨੂੰ ਨਹੀਂ ਪਤਾ ਕਿਵੇਂ ਆ ਕੇ ਇਸ ਚੀਜ਼ ਦੇ ਵਿੱਚ ਵੀਡੀਓ ਕਾਨਫਰੰਸਿੰਗ ਕਿੱਥੋਂ ਬੈਠ ਕੇ ਕਰ ਰਹੇ ਅਤੇ ਕਿਵੇਂ ਕਰ ਰਹੇ। ਮਿਸਟਰ ਗੌਰਵ ਯਾਦਵ DGP ਪੰਜਾਬ ਨੂੰ ਭਰੇ ਕੋਰਟ ਦੇ ਵਿੱਚ ਮੰਨਣਾ ਪਿਆ ਕਿ ਇਹ ਲਾਅ ਇਨਫੋਰਸਿੰਗ ਏਜੰਸੀਜ਼ ਦੀ ਫੇਲੀਅਰ ਹੈ ਕਿ ਪੰਜਾਬ ਪੁਲਿਸ ਜਰਨੈਲ ਸਿੰਘ ਬਾਜਵਾ ਨੂੰ ਫੜਨ 'ਚ ਨਾਕਾਮਯਾਬ ਰਹੀ, ਇਹ ਉਹਦਾ ਵੱਡੋ ਬਹੁਤ ਵੱਡੀ ਭੁੱਲ ਹੈ, ਬਹੁਤ ਵੱਡੀ ਢਿੱਲ ਹੈ। ਇਸ ਤੋਂ ਬਾਅਦ ਜਰਨੈਲ ਸਿੰਘ ਬਾਜਵਾ ਨਾਲ ਜਦੋਂ ਆਨਰੇਬਲ ਜੱਜ ਸਾਹਿਬ ਨੇ ਗੱਲ ਕੀਤੀ ਤਾਂ ਉਹ ਮੰਨਿਆ ਕਿ ਹਾਂ ਵੀ ਮੈਂ ਗਲਤੀ ਕੀਤੀ ਆ। ਉਹ ਆ ਕਹਿੰਦਾ ਕਿ ਮੈਂ ਮਾਨਯੋਗ ਕੋਰਟ ਦੇ ਆਰਡਰਾਂ ਦੀ ਕੋਈ ਵੀ ਅਵਮਾਨਨਾ ਨਹੀਂ ਕਰਦਾ, ਬਲਕਿ ਮੈਂ ਪੈਸੇ ਇਕੱਠੇ ਕਰ ਰਿਹਾ ਸੀਗਾ ਤਾਂ ਕਿ ਜਿਹੜਾ ਮੇਰਾ ਕਿਸੇ ਬੰਦੇ ਨਾਲ ਡਿਸਪਿਊਟ ਆ ਮੈਂ ਉਹਨੂੰ ਦੇ ਕੇ ਉਹਨਾਂ ਨੂੰ ਕੰਪਰੋਮਾਈਜ਼ ਕਰ ਸਕਾਂ, ਤਾਂ ਕਰਕੇ ਉਹ ਕੋਰਟ ਆਨਰੇਬਲ ਕੋਰਟ ਨਹੀਂ ਆ ਸਕਿਆ। ਫਿਰ ਉਹਨਾਂ ਜਦੋਂ ਉਹਨੂੰ ਕਿਹਾ ਕਿ ਨਹੀਂ, ਜੋ ਤੂੰ ਹਰਕਤਾਂ ਕਰ ਰਿਹਾ ਤੂੰ ਜਾਣ ਕੇ ਕਰ ਰਿਹਾ, ਸੋਚ ਸਮਝ ਕੇ ਕਰ ਰਿਹਾ, ਅਤੇ ਇਹਦੇ ਕਰਕੇ ਤੇਰੇ ਉੱਤੇ ਕੰਟੈਂਪਟ ਜਾਂ ਜਿਹੜਾ ਨੋਟਿਸ ਆ ਉਹ ਵੀ ਦਿੱਤਾ ਗਿਆ ਵਾ। ਲੇਕਿਨ ਉਹਨੇ ਉਹਦੇ ਬਾਰੇ ਕੋਈ ਸਵਾਲ ਦਾ ਜਵਾਬ ਦਿੱਤਾ, ਨਾ ਉਹਦਾ ਕੋਈ ਰਿਪਲਾਈ ਫਾਈਲ ਕੀਤਾ। ਲੇਕਿਨ ਉਹਨੇ ਕਿਹਾ ਕਿ ਜਦੋਂ ਮੈਨੂੰ ਕਹੋਗੇ ਉਦੋਂ ਮੈਂ ਪਰਸਨਲੀ, ਜਦੋਂ ਕੋਰਟ ਮੈਨੂੰ ਕਹੂਗਾ ਮੈਂ ਆਨਰੇਬਲ ਕੋਰਟ ਦੇ ਵਿੱਚ ਪਰਸਨਲੀ ਉੱਥੇ ਅਪੀਅਰ ਹੋਊਂਗਾ। ਇਸ ਤੋਂ ਬਾਅਦ ਜਿਹੜੇ ਉਹਨਾਂ ਦੇ ਵਕੀਲ ਆ ਮਿਸਟਰ ਹੁੰਡਲ, ਉਹਨਾਂ ਨੇ ਕਿਹਾ ਕਿ ਦੇਖੋ ਜੀ ਹੁਣ ਤਾਂ ਜਰਨੈਲ ਸਿੰਘ ਬਾਜਵਾ ਵੀਡੀਓ ਕਾਨਫਰੰਸਿੰਗ ਰਾਹੀਂ ਆਨਰੇਬਲ ਕੋਰਟ ਦੇ ਸਾਹਮਣੇ ਆ ਚੁੱਕਿਆ ਵਾ। ਫਿਰ ਉਹਨਾਂ ਨੇ ਕਿਹਾ ਕਿ ਉਹ ਤਾਂ ਨਹੀਂ ਆ ਰਿਹਾ ਸੀਗਾ ਜਦੋਂ ਉਹਨੂੰ ਡਾਇਰੈਕਸ਼ਨ ਮਿਲੇ ਕਿ ਤੂੰ ਕੋਰਟ ਦੇ ਵਿੱਚ ਆਉਣਾ ਵਾ, ਕਿਉਂਕਿ ਇੱਕ 2023 ਦੀ FIR ਨੰਬਰ 215 ਵਾ, ਉਹਦੇ ਵਿੱਚ ਆਨਰੇਬਲ ਕੋਰਟ ਨੇ ਉਹਨੂੰ ਬੇਲ ਗ੍ਰਾਂਟ ਕੀਤੀ ਹੋਈ ਆ, ਤਾਂ ਕਰਕੇ ਜਿਹੜੀ ਬੇਲ ਮਿਲੀ ਆ ਅਤੇ ਜਿਹੜੀ ਉੱਤੇ ਭਗੌੜਾ ਹੋਣ ਤੋਂ ਬਾਅਦ 174 ਦੀ ਕਾਰਵਾਈ ਸੀ ਉਹ ਜਿਹੜੀ ਆ ਰੋਕ ਦਿੱਤੀ ਗਈ ਆ। ਹੁਣ ਇੱਕ 2022 ਦਾ ਕੇਸ ਆ ਮੈਜਿਸਟਰੇਟ ਵਾਲਾ,
ਇੱਕ ਐਫ ਆਈ ਆਰ ਨੰਬਰ 215 ਵਾ 2023 ਦੇ ਵਿੱਚ। ਹੁਣ ਇਹਦੇ ਵਿੱਚ 174 ਦੀ ਕਾਰਵਾਈ, ਮਤਲਬ ਇਹਦੇ ਵਿੱਚ ਵੀ ਭਗੌੜਾ ਹੀ ਹੋਊਗਾ ਜਿਹਦੇ 'ਚ ਉਹਨੇ ਬੇਲ ਲਿੱਤੀ ਆ। ਲੇਕਿਨ ਫਿਰ ਆਨਰੇਬਲ ਕੋਰਟ ਨੇ ਕਿਹਾ ਕਿ ਜਿਹੜੀ ਇਹਨੇ ਬੇਲ ਲਿੱਤੀ ਸੀ ਉਸ ਕੇਸ ਦੇ ਵਿੱਚ, ਉਹ ਤਾਂ ਹਟਾ ਦਿੱਤੀ ਗਈ ਆ ਕਿਉਂਕਿ ਇਹਨੇ ਝੂਠ ਬੋਲਿਆ ਸੀ ਕਿ ਜਿਹੜਾ ਮੇਰੇ ਨਾਲ ਦਾ ਬੰਦਾ, ਜਿਹੜਾ ਮੇਰੇ ਨਾਲ ਦਾ ਦੋਸ਼ੀ ਆ, ਉਹਨੂੰ ਕੋਰਟ ਨੇ ਬਰੀ ਕਰ ਦਿੱਤਾ ਵਾ। ਉਸ ਤੋਂ ਬਾਅਦ ਉਹਨੇ ਫਿਰ ਤੋਂ ਆਪਣਾ ਇੱਕ ਇਸ ਔਨਗੋਇੰਗ ਹੇਅਰਿੰਗ ਦੇ ਵਿੱਚ ਆਪਣਾ ਇੱਕ ਐਫੀਡੈਵਿਟ ਅਨੈਕਸਚਰ ਦਿੱਤਾ ਵਾ, ਜਿਹਦੇ ਵਿੱਚ ਉਹਨੇ ਕਿਹਾ ਵਾ ਕਿ ਜਿਹੜੇ ਆਨਰੇਬਲ ਕੋਰਟ ਦੇ ਔਰਡਰ ਹੈਗੇ ਆ ਉਹਦੇ ਵਿੱਚ ਐੱਫ ਆਈ ਆਰ ਨੰਬਰ 2015 ਦੇ ਵਿੱਚ ਉਹਨੂੰ ਬਤੌਰ ਅਕਿਊਜ਼ਡ, ਬਤੌਰ ਮੁਜਰਿਮ ਉਹਨੂੰ ਨੋਮੀਨੇਟ ਕਰ ਦਿੱਤਾ ਗਿਆ ਵਾ। ਅਤੇ ਧਾਰਾ 174 ਏ ਆਈ ਪੀ ਸੀ ਕਿ ਇਹਦੇ ਨਾਲ ਆਹ ਵੀ ਡਾਇਰੈਕਸ਼ਨ ਦਿੱਤਾ ਗਿਆ ਵਾ ਕਿ 174 ਏ ਦੀ ਕਾਰਵਾਈ ਹੋ ਚੁੱਕੀ ਹੈ, ਜਿਹਦੇ ਵਿੱਚ ਉਹਨੂੰ ਜਦੋਂ ਵੀ ਉਹ ਮਿਲਿਆ ਉਹਨੂੰ ਅਰੈਸਟ ਕਰ ਦਿੱਤਾ ਜਾਊਗਾ। ਆਨਰੇਬਲ ਕੋਰਟ ਨੇ ਕਿਹਾ ਕਿ ਕੋਰਟ ਇਸ ਚੀਜ਼ ਤੋਂ ਅਣਦੇਖਾ ਨਹੀਂ ਕਰ ਸਕਦਾ ਕਿ ਜਰਨੈਲ ਸਿੰਘ ਬਾਜਵਾ ਜਿਹੜਾ ਵਾ ਉਹ 2022 ਦੇ ਵਿੱਚ ਵੀ ਭਗੌੜਾ ਘੋਸ਼ਿਤ ਕੀਤਾ ਗਿਆ ਵਾ, ਠੀਕ ਹੈ ਜੀ, ਅਤੇ ਉਹ ਹਜੇ ਤੱਕ ਕਿਸੇ ਵੀ ਟ੍ਰਾਇਲ ਜਾਂ ਉਸ ਕੇਸ ਦੇ ਵਿੱਚ ਨਹੀਂ ਆਇਆ, ਨਾ ਉਹਨੇ ਭਗੌੜਾ ਸੈਟਿਸਫਾਈਡ ਕਰਨ ਦੀ ਕੋਈ ਐਪਲੀਕੇਸ਼ਨ ਲਾਈ ਹੈ। ਫਿਰ ਕਹਿੰਦੇ ਕਿ ਆਨਰੇਬਲ ਸੁਪਰੀਮ ਕੋਰਟ ਨੇ 215 ਨੰਬਰ ਐੱਫ ਆਈ ਆਰ ਦੇ ਵਿੱਚ ਉਹਦੀ ਅਰੈਸਟ ਨੂੰ ਰੋਕ ਲਾ ਦਿੱਤੀ ਗਈ ਆ 20/8/2024 ਨੂੰ। ਲੇਕਿਨ ਉਹ ਕਹਿੰਦੇ ਇਹਦੇ ਵਿੱਚ ਇਸ ਕਰਕੇ ਕਿ ਜੇ ਇਨਵੈਸਟੀਗੇਸ਼ਨ ਜੁਆਇਨ ਕਰੂਗਾ, ਅਤੇ ਇਹਦੇ ਵਿੱਚ ਵੀ ਇਨਵੈਸਟੀਗੇਸ਼ਨ ਇਹਨੇ ਜੁਆਇਨ ਕੀਤੀ ਨਹੀਂ। ਲੇਕਿਨ ਜਿਹੜੇ ਸਰਕਾਰੀ ਵਕੀਲ ਸੀਗੇ ਅਤੇ ਆਨਰੇਬਲ ਮਿਸਟਰ ਗੌਰਵ ਯਾਦਵ ਡੀ ਜੀ ਪੀ ਪੰਜਾਬ ਨੇ, ਉਹਨਾਂ ਨੇ ਕਿਹਾ ਕਿ ਜਿੰਨੀ ਵੀ ਐੱਫ ਆਈ ਆਰ ਦੇ ਖਿਲਾਫ ਹੈਗੀਆਂ ਨੇ ਉਹਨੂੰ ਅਸੀਂ ਇੱਕ ਟਾਈਮ ਫਰੇਮ ਦੇ ਅੰਦਰ ਉਹਨੂੰ ਸਹੀ ਤਰੀਕੇ ਨਾਲ ਸਹੀ ਉਹਦੇ ਅੰਜਾਮ 'ਤੇ ਪਹੁੰਚਾਵਾਂਗੇ। ਲੇਕਿਨ ਆਨਰੇਬਲ ਕੋਰਟ ਨੇ ਕਿਹਾ ਕਿ ਜਿਹੜੀ ਵੀ ਹੈਗੀ ਆ ਇੱਕ ਟਾਈਮ ਦੱਸੋ, ਕਿੰਨੀ ਐੱਫ ਆਈ ਆਰ 'ਚ ਇਨਵੈਸਟੀਗੇਸ਼ਨ ਜਿਹੜੀ ਖਤਮ ਕਰਨੀ ਆ ਉਹ ਦੱਸੋ, ਅਤੇ ਉਹਦੀ ਜਿਹੜੀ ਸਟੇਟਸ ਰਿਪੋਰਟ ਆ ਉਹ ਅੱਜ ਕੋਰਟ ਦੇ ਵਿੱਚ ਜਿਹੜੀ ਅਨੈਕਸਚਰ ਦਿੱਤੇ ਕਿ ਇੰਨੇ ਕੇਸ ਪੈਂਡਿੰਗ ਆ ਉਹ ਤੁਸੀਂ ਫਾਈਲ ਕਰੋਗੇ। ਅਤੇ ਜਿਹੜੇ ਮਿਸਟਰ ਜਰਨੈਲ ਸਿੰਘ ਬਾਜਵਾ ਜੀ ਇਹ ਜਿਹੜੇ ਵੀਡੀਓ ਕਾਨਫਰੰਸਿੰਗ ਰਾਹੀਂ ਆਨਰੇਬਲ ਕੋਰਟ ਦੀ ਪ੍ਰੋਸੀਡਿੰਗ ਦੇਖ ਰਹੇ ਸੀਗੇ, ਉਹਨਾਂ ਨੂੰ ਕਿਹਾ ਗਿਆ ਕਿ ਤੇਰੇ ਕੋਲ ਜਿੰਨੀ ਜ਼ਮੀਨ ਜ਼ਿਆਦਾ ਤਾਂ ਚੱਲ ਅਚਲ ਜ਼ਿਆਦਾ ਤਾਂ ਤੇਰੇ ਨਾਂ 'ਤੇ, ਤੇਰੇ ਪਾਰਟਨਰ ਦੇ ਨਾਂ 'ਤੇ ਆ, ਕਿਸੇ ਵੀ ਨਾਂ 'ਤੇ ਜਿਹੜੀ ਤੇਰੇ ਨਾਲ ਰਿਲੇਟਡ ਆ ਉਹਦੀ ਸਾਰੀ ਡਿਟੇਲ ਪ੍ਰੋਪਰ ਆਈਡੈਂਟੀਫਿਕੇਸ਼ਨ ਲੈ ਕੇ ਐਸ ਪਰ ਲੈਂਡ ਰੋਡ ਰਿਕਾਰਡ ਮੈਨਿਊ ਰਿਕਾਰਡ ਆ, ਲੈਂਡ ਰੈਵਨਿਊ ਰਿਕਾਰਡ ਉਹਦਾ ਜਿੰਨਾ ਉਹਦੇ ਹਿਸਾਬ ਨਾਲ ਰਿਕਾਰਡ ਆ, ਉਹ 30/8/2024 ਨੂੰ ਆਨਰੇਬਲ ਕੋਰਟ 'ਚ ਲੈ ਕੇ ਆਉਣਾ। ਹੁਣ ਇਹ ਸਾਰੇ ਕੇਸ ਦੇ ਵਿੱਚ ਇੰਟਰਸਟਿੰਗ ਗੱਲ ਇਹ ਆ ਕਿ ਜਿੰਨੀ ਵੀ ਆ ਐੱਫ ਆਈ ਆਰ ਨੇ ਇਹ ਬ੍ਰੀਚ ਆਫ ਟਰੱਸਟ ਅਤੇ 420C ਫਰੋਡ ਦੀ ਹੈਗੀਆਂ ਨੇ। ਲੇਕਿਨ ਇਹ ਮੈਟਰ ਜਿਹੜੇ ਹੁੰਦੇ ਆ ਇਹ ਸਿਵਲ ਅਤੇ ਕ੍ਰਿਮੀਨਲ ਆਪਸ ਦੇ ਵਿੱਚ ਮਿਕਸ ਹੁੰਦੇ ਰਹਿੰਦੇ ਆ। ਲੇਕਿਨ ਇੰਨੀ ਜ਼ਿਆਦਾ ਨੰਬਰ ਆਫ ਐੱਫ ਆਈ ਆਰ ਸ਼ੋਅ ਕਰਦਾ ਕਿ ਜਿਹੜੇ ਜਰਨੈਲ ਸਿੰਘ ਬਾਜਵਾ ਜੀ ਨੇ ਉਹ ਇੱਕ ਹੈਬਿਚੁਅਲ ਓਫੈਂਡਰ ਨੇ। ਲੇਕਿਨ ਜਿਹੜੇ ਡਿਵੈਲਪਰ ਨੇ ਉਹ ਜਿੱਥੇ ਮੋਹਾਲੀ ਚਲੇ ਜਾਓ ਉੱਥੇ ਬੜੇ ਡਿਵੈਲਪਰਾਂ ਦੇ ਐੱਫ ਆਈ ਆਰ ਹੋ ਰੱਖੀਆਂ ਨੇ, ਕਿਉਂਕਿ ਜਿਹੜੇ ਆਪਣੇ ਪੰਜਾਬ ਦੇ ਡਿਵੈਲਪਰ ਆ, ਆਈ ਐਮ ਸੋਰੀ ਟੂ ਸੇ, ਇਹ ਇਹਨਾਂ ਦਾ ਇੰਨਾ ਬੁਰਾ ਹਾਲ ਆ, ਇਹਨਾਂ ਦਾ ਬੈਕਗਰਾਊਂਡ ਜਾ ਕੇ ਦੇਖ ਲਓ, ਕੋਈ ਇਹਨਾਂ ਕੋਲ ਪੈਸਾ ਨਹੀਂ, ਕੋਈ ਕੁਛ ਨਹੀਂ, ਬਸ ਲੋਕਾਂ ਨੂੰ ਇਕੱਠਾ ਕਰਕੇ ਇੱਕ ਬਿਲਡਿੰਗ ਬਣਾਉਣ ਚੱਲ ਪੈਂਦੇ ਆ, ਇੱਕ ਸੌਦਾ ਚੱਕ ਲੈਂਦੇ ਜਿਹਨੂੰ ਭੁਗਤਾਨ ਵਾਸਤੇ ਇਹਨਾਂ ਕੋਲ ਪੈਸੇ ਨਹੀਂ ਹੁੰਦੇ। ਇਹਨਾਂ ਨੇ ਕਿਸਾਨਾਂ ਦਾ, ਪਲੋਟ ਵਾਲਿਆਂ ਦਾ, ਮਸ਼ੀਨਰੀ ਸਟੇਟ ਮਸ਼ੀਨਰੀ ਦਾ, ਪਟਵਾਰੀ ਦਾ, ਤਹਿਸੀਲਦਾਰ ਦਾ ਇੰਨਾ ਘਾਣ ਕੀਤਾ ਹੋਇਆ ਕਿ ਇਹ ਸਾਰੇ ਜਿੰਨੇ ਬੰਦੇ ਆ ਨਾ ਇਹਨਾਂ ਦੀ ਇੱਕ ਲਿਸਟ ਕੰਪਾਇਲ ਕਰਕੇ ਸਾਰੇ ਬਲੈਕਲਿਸਟ ਕਰਨੇ ਚਾਹੀਦੇ। ਐਗਰੀਕਲਚਰ ਜ਼ਮੀਨ ਨੂੰ ਕਮਰਸ਼ਲ ਵੇਚੀ ਜਾਂਦੇ ਆ, ਕਮਰਸ਼ਲ ਨੂੰ ਐਗਰੀਕਲਚਰ ਰਜਿਸਟਰੀ ਕਰਾਈ ਜਾਂਦੇ ਆ, ਕੋਈ CLU ਨਹੀਂ ਭਰਦੇ। ਤੁਸੀਂ ਜਾ ਕੇ ਗਲਾਡਾ ਕੋਲ, ਪੂਡਾ ਕੋਲ ਦੇਖੋ, ਹਜ਼ਾਰਾਂ ਕਰੋੜਾਂ ਰੁਪਇਆ ਬਕਾਇਆ ਵਾ, ਹਜ਼ਾਰਾਂ ਕਰੋੜਾਂ ਰੁਪਇਆ।
ਲੋਕਾਂ ਨੂੰ ਕਲੋਨੀਆਂ ਕੱਟ ਕੇ ਦਿੱਤੀਆਂ, ਜੇ ਤੁਸੀਂ ਬਹਿ ਨਹੀਂ ਸਕਦੇ, ਪਾਣੀ ਨਹੀਂ ਹੈਗਾ, ਬੁਰਾ ਹਾਲ ਆ, ਮਤਲਬ ਮੂਲਕ ਉਦੋਂ ਤੁਸੀਂ ਜੁਦਾ ਹੋਏ ਹੋ। ਇਹ ਇੱਕ ਖਰੀਦਦਾਰ ਅਤੇ ਵੇਚਣ ਵਾਲੇ ਦੇ ਵਿੱਚ ਧੋਖੇਬਾਜ਼ੀ ਨਹੀਂ ਹੈਗੀ, ਇਹ ਸਟੇਟ ਦੇ ਅਗੇਂਸਟ ਧੋਖੇਬਾਜ਼ੀ ਹੈ। ਇਹ ਹਰੇਕ ਇਨਸਾਨ ਦੇ ਖਿਲਾਫ ਧੋਖੇਬਾਜ਼ੀ ਹੈ ਜਿਹੜਾ ਆਪਣੇ ਖੂਨ ਪਸੀਨੇ ਦੀ ਪੈਸਾ ਇਕੱਠਾ ਕਰਕੇ ਇੱਕ ਆਪਣੇ ਸੁਪਨੇ ਦਾ ਘਰ ਲੈਣਾ ਚਾਹੁੰਦਾ, ਇੱਕ ਸਾਫ਼ ਸਾਫ ਸੁਸਾਇਟੀ 'ਚ ਲੈਣਾ ਚਾਹੁੰਦਾ। ਇਹ ਜਿਹੜੇ ਬੰਦੇ ਆ ਇਹ ਕੋਈ ਸਹੀ ਕੰਮ ਨਹੀਂ ਕਰਦਾ, ਕਲੋਨੀਆਂ ਇਹਨਾਂ ਦੀ ਪਾਸ ਨਹੀਂ ਹੁੰਦੀਆਂ, ਛੋਟੇ ਛੋਟੇ ਘਰ ਬਣਾ ਦਿੰਦੇ ਆ, 15-15 ਫੁੱਟ 10-10 ਫੁੱਟ ਦੀ ਗਲੀਆਂ ਹੀ ਛੱਡ ਦਿੰਦੇ ਆ, ਉਹਦੇ 'ਚੋਂ ਕੈਸ਼ ਕਮਾਈ ਤੁਰੀ ਜਾ ਰਹੇ ਆ। ਉਹ ਕੈਸ਼ ਨਾਲ ਕੀ ਕਰ ਰਿਹਾ, ਕਦੇ ਕਿਸੇ SHO ਨੂੰ ਗੋਲਡ ਦੀ ਘੜੀ ਮਿਲ ਰਹੀ ਆ, ਕੋਈ ਕਿਸੇ ਨੂੰ ਮਰਸਡੀਜ਼ ਲੈ ਕੇ ਦੇ ਰਿਹਾ, ਕੋਈ ਕੁਛ ਕੋਈ ਕੁਛ, ਘਾਂ ਨਹੀਂ ਹੋਈ ਜਾ ਰਿਹਾ। ਪਟਵਾਰੀ ਜਿਹੜੇ ਹੈਗੇ, ਜਿਹੜੇ ਕਦੇ ਆਪਣੇ ਆਫਿਸ 'ਚ ਬਹਿੰਦੇ ਸੀ, ਲੋਕ ਗੋਡੇ ਦੱਬਦੇ ਸੀ, ਪਟਵਾਰੀ ਸਾਹਿਬ ਆਏ ਆ, ਉਹ ਪਿੰਡ ਦਾ ਲੱਠਾ ਲੈ ਕੇ, ਰੈਵਨਿਊ ਰਿਕਾਰਡ ਲੈ ਕੇ ਪਿੰਡ ਦੇ ਮੋੜ 'ਤੇ ਖੜ੍ਹੇ ਹੁੰਦੇ ਆ ਕਿ ਹਾਂਜੀ ਬਾਊ ਜੀ ਆ ਰਹੇ ਆ ਅਤੇ ਉਹ ਸੌਦਾ ਕਰਨ ਜਾ ਰਹੇ ਆ ਅਤੇ ਅਸੀਂ ਇਹਨਾਂ ਦੀ ਨਿਸ਼ਾਨਦੇਹੀ ਕਰਨੀ। ਰਜਿਸਟਰੀਆਂ 'ਚ ਹੇਰਾਫੇਰੀ ਹੋ ਰਹੀ ਆ, ਰਜਿਸਟਰੀਆਂ ਬਦਲੀਆਂ ਜਾ ਰਹੀਆਂ ਨੇ। ਤਾਂ ਇਹ ਇਕੱਲਾ ਇੱਕ ਹੇਰਾਫੇਰੀ ਦਾ ਕੇਸ ਨਹੀਂ ਹੈਗਾ, ਇਹ ਇੱਕ ਬਹੁਤ ਵੱਡੀ ਬਿਮਾਰੀ ਆ ਜਿਹੜੀ ਅਨਫੋਰਚੁਨੇਟਲੀ ਸਾਡੇ ਪ੍ਰਦੇਸ਼ ਨੂੰ ਲੱਗ ਚੁੱਕੀ ਆ ਅਤੇ ਇਹ ਹਟਣ ਦਾ ਨਾਮ ਨਹੀਂ ਲੈ ਰਹੀ। ਅਨਲਾਈਕ ਬੋਂਬੇ ਪੂਨੇ ਜਿੱਥੇ 200 ਫਲੈਟ ਦਾ ਕੈਂਪਸ 11 ਮਹੀਨੇ 'ਚ ਤਿਆਰ ਹੋ ਜਾਂਦਾ, ਇਹਨਾਂ ਬਿਲਡਰਾਂ ਕੋਲ ਚਲੇ ਜਾਓ 6-6, 8-8, 10-10 ਸਾਲ ਪੁਜੈਸ਼ਨ ਹੀ ਨਹੀਂ ਦਿੰਦੇ, ਕੰਪਲੀਸ਼ਨ ਸਰਟੀਫਿਕੇਟ ਹੀ ਨਹੀਂ ਹੁੰਦੇ, RWOs ਬਣ ਜਾਂਦੀਆਂ, ਬੜਾ ਮਤਲਬ ਮੈਸੀ ਹਾਲ ਆ। ਜਿਵੇਂ ਫੂਡ ਅਡਲਟਰੇਸ਼ਨ ਵਾਸਤੇ 307 ਜਿਹੜੀ ਤਾਂ ਹੁਣ ਧਾਰਾ ਚੇਂਜ ਹੋ ਚੁੱਕੀ ਆ, ਅਟੈਂਪਟ ਟੂ ਮਰਡਰ ਜਿਹੜੀ ਆ ਉਹ ਲੱਗਣੀ ਚਾਹੀਦੀ ਆ, ਉਵੇਂ ਹੀ ਇਸ ਕੇਸ ਦੇ ਵਿੱਚ ਵੀ ਬਹੁਤ ਜ਼ਿਆਦਾ ਸਟ੍ਰਿਕਟ ਐਕਸ਼ਨ ਜਿਹੜਾ ਵਾ ਉਹ ਲੈਣ ਦੀ ਲੋੜ ਆ। ਅਤੇ ਮੇਰੀ ਉਮੀਦ ਆ ਕਿ ਅੱਜ ਦੇ ਇਸ ਕੇਸ ਤੋਂ ਬਾਅਦ, ਇਸ ਫਟਕਾਰ ਤੋਂ ਬਾਅਦ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਥੋੜ੍ਹੀ ਸਖਤ ਹੋਊਗੀ, ਲੇਕਿਨ ਇਹਦੇ ਵਿੱਚ ਜਿਹੜੀ ਗਵਰਨਮੈਂਟ ਆ ਉਹਨੂੰ ਵੀ ਆਪਣੇ ਕੁਝ ਸਖਤ ਲਾਅ ਪਾਸ ਕਰਨੇ ਪੈਣੇ ਆ ਤਾਂ ਇਹਦਾ ਹੱਲ ਹੋਣਾ, ਨਹੀਂ ਤਾਂ ਹਰ ਸ਼ਾਖ ਪਰ ਉੱਲੂ ਬੈਠਾ ਹੈ। ਆਪ ਖੁਦ ਹੀ ਦੇਖੋ ਕਿ ਕਿਆ ਹਾਲ ਹੋਇਆ ਹੋਊਗਾ ਇਸ ਪ੍ਰਦੇਸ਼ ਦਾ। ਸੋ ਦੋਸਤ ਸੁਣਿਆ ਤੁਸੀਂ, ਮੈਂ ਧੰਨਵਾਦ ਕਰਦਾ ਐਡਵੋਕੇਟ ਗਰੇਵਾਲ ਸਾਹਿਬ ਦਾ, ਜਿਨ੍ਹਾਂ ਨੇ ਮੇਰੀ ਸਿਹਤ ਦਾ ਖਿਆਲ ਰੱਖਦੇ ਹੋਏ ਤੁਹਾਡੇ ਨਾਲ ਰਾਬਤਾ ਕਾਇਮ ਰੱਖਿਆ। ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਦੀਆਂ ਪੰਜਾਬ ਨਾਲ ਜੁੜੇ ਮਸਲਿਆਂ ਦੀ, ਮੁੱਦਿਆਂ ਦੀਆਂ ਗੱਲਾਂ ਬਾਤਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।